ਹੁਣ ਇੱਕ ਗਾਣਾ ਆ ਰਿਹਾ ਉਹਦਾ ਟਾਲੀ ਵਾਲੇ ਖੇਤ ਮੇਰਾ ਸੇਵਾ ਮੱਚੂਗਾ ਉਹ ਚ ਬਹੁਤ ਕੁਝ ਲਿਖਿਆ ਵਾ ਉਹ ਵੀ ਲੱਗੂਗਾ ਵੀ ਯਾਰ ਹੈ ਵੀ ਆ ਵੀ ਯਾਰ ਕਿਵੇਂ ਲਿਖ ਗਿਆ ਹਨ ਇਹ ਕੁਦਰਤੀ ਕੁਦਰਤ ਨੇ ਲਿਖਾਇਆ ਜਾਂ ਕੀ ਸੀ ਜਾਂ ਉਹਨੂੰ ਗਿਆਨ ਹੀ ਇੰਨਾ ਸੀ ਵੀ ਉਹ ਗਾਣਿਆਂ ਦੇ ਵਿੱਚ ਕੱਲੀ ਕੱਲੀ ਗੱਲ ਪਰੋ ਗਿਆ ਤੇ ਜਿਹੜੀ ਹੋਏ ਵੀ ਸੱਚ ਜਿੱਥੇ ਉਹਨੇ ਕਿਹਾ ਵੀ ਮੇਰੇ ਫਰੰਟ ਬਿੱਡੋ ਤੇ ਫਾਇਰ ਵੱਜਣਗੇ ਆਏ ਹੋਊਗਾ ਉਹ ਹੋਊਗਾ ਇਹ ਹੋਊਗਾ ਸਾਰੇ ਹੀ 100% ਬਾਈ ਸਹੀ ਹੋਇਆ ਹੈ ਹੈਰਾਨੀ ਵਾਲੀ ਗੱਲ ਹੈ ਉਹ ਬੰਦਾ ਦੇਖੋ ਨਾ ਫੇਰ ਗੱਲ ਕਰਦਾ ਮਾੜਾ ਜਾਂ ਗਾਣਾ ਹਿੱਟ ਹੋ ਜਾ ਬੰਦਾ ਚੰਡੀਗੜ੍ਹ ਭਾਈਦਾ ਹੈ ਹਨਾ ਉਹ ਬੰਦਾ ਕੈਨੇਡਾ ਚ ਰਹਿੰਦੇ ਹੋਏ ਆਪਦੇ ਪੈਨ ਡ ਆਇਆ ਪਿੰਡ ਆ ਕੇ ਉਹਨੇ ਇੱਥੇ ਹੀ ਆਪਦਾ ਕੰਮ ਸ਼ੁਰੂ ਕਰਿਆ ਇੱਥੇ ਹੀ ਉਹ ਸਾਰਾ ਕੁਝ ਕਰਦਾ ਸੀ ਪਿੰਡ ਨਾਲ ਜੁੜਿਆ ਸੀ ਆਪਦੇ ਪਿੰਡ ਦਾ ਫਿਕਰ ਕਰਦਾ ਸੀ ਆਪਦੇ ਜ਼ਿਲ੍ਹੇ ਦਾ ਫਿਕਰ ਕਰਦਾ ਸੀ ਆਪਦੇ ਪੰਜਾਬ ਦਾ ਫਿਕਰ ਕਰਦਾ ਸੀ ਉਹਨੂੰ ਇਹ ਲੱਗਦਾ ਸੀ ਵੀ ਮੈਂ ਆਪਣੇ ਲੋਕਾਂ ਲਈ ਕੁਝ ਕਰਾਂ ਆਪਣੇ ਲੋਕਾਂ ਲਈ ਕੁਝ ਕਰਾਂ ਪਰ ਉਹ ਜਦੋਂ ਹਰਿਆਤ ਉਹਨੇ ਕੋਈ ਗੱਲ ਕਹੀ ਸੀ ਕਹਿੰਦਾ ਸ਼ਾਇਦ ਲੋਕ ਮੈਨੂੰ ਸਮਝ ਹੀ ਨਹੀਂ ਸਕੇ ਪਰ ਹੁਣ ਪਛਤਾਉਂਦੇ ਆ ਹਰ ਇੱਕ ਬੰਦਾ ਪਛਤਾਉਂਦਾ ਯਾਰ ਅਸੀਂ ਬਹੁਤ ਵੱਡੀ ਗਲਤੀ ਕਰ ਲਈ